कबीर मेरा मुझ में किश नहीं, मेरा मुझ में किश नहीं, जो किश है सो तेरा।
तुझ बिन कौन पुकारे खोजत खोजत भव पुकारे सर्व अर्थ विचारे साधु संग परम गत पाईए माया रत बंधारे चरण कमल संग प्रीत मन लागी चरण कमल संग प्रीत मन लागी सुरजन मिले प्यारे नानक अंत करे हर जप जपा सगले रोग निवारे जैसा सतगुरु सुनींदा गुरु की करता
तैसो ही मैं पीठ विचड़िया मेले प्रभु और दरगे का बसीठ माफ करना हर नाम मंत्र दृढ़ाएंगा छठे हुआ रोग नानक सतगुरु तेना मलाया जिन तुरु पया संजोग गुरु की संगत ये कोई इत्थे दीआं गल्लां नहीं गुरु शरण उन्हां नूं प्राप्त हुंदी है जिन्हां दे मस्तक विच तुरु ही लिखिया हुंदा है जैसा सतगुरु सुनिंदा तैसो ही मैं ईट विचड़िया मिले प्रभु हर दरगे का बसीठ दरगाही गल्लां हन हर नाम मंत्र दड़ाइंदा कट्टे हुआ रोग नानक सतगुरु तेना मलाया गुरु की प्राप्ति गुरु शरण च ओ पाउंदा जिहदे तुरुं मस्तक विच मत्थे ते लिखिया हुंदा किन्ने लोक ने दुनिया ते जिहड़े गुरु की संगत गुरे पाउंदे हन गुरे ही चले जांदे हन गुरु की संगत जद सिख गुरु चरणां नाल जुड़दा इहदी जिंदगी गुरु चरणां तों शुरू हुंदी है माफ करना गुरु की संगत जिसका तन मन तन सब जिसका सोई सुख सुयानी तिन्ही सुनिया तुख सुख मेरा तो बदनी की कटानी जी की एक ही पैमानी अवर जतन कर रहे हो तेरे तिन तिल नी कीमत ज्ञानी अमृत नाम रनमोल की गा गुर दीन मतानी दिगै न डोले तृप्त रहे पूर्ण हुए तृप्तानी जेड़े गुरु चरणां नाल जुड़ गए हों 1699 दी विसाखी वाले दिन ਜਦੋਂ ਤਲਵਾਰ ਦੀ ਧਾਰ ਤੇ ਖਾਲਸਾ ਪੰਥ ਸਾਜਿਆ ਦਸ਼ਮੇਸ਼ ਜੀ 80,000 ਦੀ ਗਿਣਤੀ ਸੀ ਖਾਲਸਾ ਜੀ ਉਸ ਪੰਡਾਲ ਦੇ ਵਿੱਚ 80,000 ਦੀ ਗਿਣਤੀ ਸੀ ਗੁਰੂ ਕੀ ਸੰਗਤਾਂ ਦਾ ਇਕੱਠ ਸਮੁੱਚੇ ਆਨੰਦਪੁਰ ਸਾਹਿਬ ਦੀ ਧਰਤੀ ਤੇ 1,00,000 ਦੀ ਗਿਣਤੀ ਦੀਆਂ ਸੰਗਤਾਂ ਦਾ ਇਕੱਠ ਸੀ ਬੜੇ ਬੜੇ ਆਏ ਕੋਈ ਮੇਲਾ ਸਮਝ ਕੇ ਆਇਆ ਆ ਕੱਲ ਨੂੰ ਨਗਰ ਕੀਰਤਨ ਨਿਕਲਣਾ ਹੈ ਉਸ ਤੋਂ ਅੱਗੇ ਵਿਸਾਖੀ ਦਾ ਦਿਹਾੜਾ ਆ ਰਿਹਾ ਕਈਆਂ ਨੇ ਗੁਰੂ ਕੀ ਸਿੰਘ ਸ਼ਰਾਬਾਂ ਪੀ ਪੀ ਕੇ ਵਕਤ ਬਰਬਾਦ ਕਰਨਾ ਹੈ ਇੰਨੇ ਪਵਿੱਤਰ ਤਿਉਹਾਰ ਤੇ ਇਤਨੇ ਪਵਿੱਤਰ ਦਿਹਾੜੇ ਤੇ ਵਿਸਾਖੀ ਵਾਲੇ ਦਿਨ ਅਸੀਂ ਕੀ ਕੰਮ ਕਰਦੇ ਹਾਂ ਇੱਕਦਮ ਸਾਫ਼ ਤੱਤ ਤਾਂ ਹੋਣਾ ਹੀ ਹੈ ਨਾ ਖਾਲਸਾ ਜੀ ਕਹਿੰਦੇ ਪਏ ਉੱਥੇ ਸੱਚੋ ਹੀ ਸੱਚ ਨਿਬੜਾ ਝੁੰਬਕ ਕੱਢੇ ਜਿਹ ਮਾਲਿਆ ਗੁਰੂ ਕੀ ਸਿੰਘ ਵਹਿਰ ਦੇ ਘਰ ਵਿੱਚ ਸੱਚ ਦੇ ਨਿਬੇੜੇ ਹੋਣ ਵਿਸਾਖੀ ਪਵਿੱਤਰ ਤਿਉਹਾਰ ਹੈ ਇਹ ਸ਼ਰਾਬਾਂ ਪੀਣ ਕੇ ਪਗੜੇ ਪਾਉਣ ਦਾ ਤਿਉਹਾਰ ਨਹੀਂ ਹੈ ਇਸ ਦਿਨ ਕਲਗੀਧਰ ਪਾਤਸ਼ਾਹ ਜੀ ਨੇ ਤਲਵਾਰ ਦੀ ਧਾਰ ਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਜਦੋਂ ਖਾਲਸਾ ਪੰਥ ਸਾਜਿਆ ਗਿਆ ਸਾਡੇ ਦੇਸ਼ ਵਿੱਚ ਸਾਡੇ ਭਾਰਤ ਵਿੱਚ ਇਸਲਾਮ ਦਾ ਰਾਜ ਸੀ ਔਰੰਗਜ਼ੇਬ ਜਦੋਂ ਦਿੱਲੀ ਦੇ ਤਖ਼ਤ ਤੇ ਬੈਠਾ ਗੁਰੂ ਕੀ ਸਿੰਘ ਰਾਜ ਪਿਆਰੇ ਰਾਜੇ ਨੇ ਭਾਈਆਂ ਸਤ ਭਾਈ ਰਾਜਿਆਂ ਦਾ ਰਾਜ ਨਾਲ ਪਿਆਰ ਹੁੰਦਾ ਭਰਾਵਾਂ ਨਾਲ ਨਹੀਂ ਪਿਆਰ ਹੁੰਦਾ ਕੋਈ ਬਹੁਤ ਘੱਟ ਰਾਜੇ ਹੋਏ ਜਿਨ੍ਹਾਂ ਦਾ ਭਰਾਵਾਂ ਨਾਲ ਪਿਆਰ ਹੁੰਦਾ ਮਾਫ਼ ਕਰਨਾ ਰੰਗ ਵਿੱਚ ਜਦੋਂ ਦਿੱਲੀ ਦੇ ਤਖ਼ਤ ਤੇ ਬੈਠਾ ਦਿੱਲੀ ਦੇ ਤਖ਼ਤ ਤੇ ਬੈਠਣ ਸਮੇਂ ਸੱਕੇ ਭਰਾਵਾਂ ਦੇ ਕਤਲ ਕੀਤੇ ਆਪਣੇ ਪਿਤਾ ਸ਼ਾਹਜਹਾਨ ਜਿਉਂਦੇ ਦੀਆਂ ਅੱਖਾਂ ਕਢਵਾਈਆਂ ਗੁਰੂ ਕੀ ਸਿੰਘ ਜਿਵੇਂ ਸਾਡੇ ਵਿੱਚ ਸਾਡੇ ਸਿੱਖ ਜਗਤ ਦੇ ਵਿੱਚ ਸਾਡੇ ਧਰਮ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਪੁਰਬ ਦਸਾਂ ਪਾਤਸ਼ਾਹੀਆਂ ਦੇ ਗੁਰਪੁਰਬ ਪਵਿੱਤਰ ਤਿਉਹਾਰ ਹਨ ਦੀਵਾਲੀ ਦਾ ਪਵਿੱਤਰ ਤਿਉਹਾਰ ਮੰਨਦੇ ਹਾਂ ਅਸੀਂ ਜਿਸ ਦਿਨ ਗੁਰੂ ਹਰਗੋਬਿੰਦ ਜੀ ਗਵਾਲੀਅਰ ਕਿਲੇ ਦੀ ਕੈਦ ਤੋਂ 52 ਧਰ ਦੇ ਰਾਜਿਆਂ ਨੂੰ ਬਰੀ ਕਰਵਾ ਕੇ ਗੁਰੂ ਕ੍ਰਿਸ਼ਨ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸਨ ਕਿਸੇ ਤਰ੍ਹਾਂ ਗੁਰੂ ਕ੍ਰਿਸ਼ਨ ਹਿੰਦੂ ਮਤ ਦੇ ਵਿੱਚ ਜਿਵੇਂ ਕ੍ਰਿਸ਼ਨ ਰਾਮ ਜਨਮ ਕ੍ਰਿਸ਼ਨ ਰਾਮ ਜਨਮ ਕ੍ਰਿਸ਼ਨ ਜਨਮਾਸ਼ਟਮੀ ਰਾਮ ਨੌਮੀ ਇਤਿਆਦਿ ਗੁਰੂ ਕੀ ਸੰਗਤ ਪਵਿੱਤਰ ਤਿਉਹਾਰ ਹਨ ਇਸਲਾਮੀ ਮਤ ਦੇ ਵਿੱਚ ਈਦ ਦਾ ਤਿਉਹਾਰ ਬੜਾ ਪਵਿੱਤਰ ਮੰਨਿਆ ਈਦ ਵਾਲੇ ਦਿਨ ਔਰੰਗਜ਼ੇਬ ਨੇ ਆਪਣੇ ਸੱਕੇ ਭਰਾ ਦਾ ਆਪਣੇ ਸੱਕੇ ਭਰਾ ਦਾ ਸਿਰ ਵੱਢ ਕੇ ਆਪਣੇ ਪਿਤਾ ਸ਼ਾਹਜਹਾਨ ਦੇ ਹੱਥਾਂ ਤੇ ਰੱਖਿਆ ਸੀ ਗੁਰੂ ਕੀ ਸੰਗਤ ਇਸ ਜਨਮ ਦੇ ਜਨਮ ਦੀ ਹੱਦ ਨਾ ਰਹੀ ਬਾਣੀ ਚ ਤੁਕਾਂ ਦੀ ਜਿਸ ਹੱਥ ਜ਼ੋਰ ਕਰ ਵੇਖਿਆ ਸੀ ਜਦੋਂ ਤਾਕਤ ਕੋਲ ਹੁੰਦੀ ਪਤਾ ਅਜਮਾਉਂਦਾ ਤਾਂ ਹੈ ਹੀ ਹੈ ਕਹਿੰਦੇ ਮੈਂ ਜਦੋਂ ਬੰਦੇ ਦੇ ਹੱਥ ਵਿੱਚ ਤਾਕਤ ਹੁੰਦੀ ਅਜਮਾਉਂਦਾ ਤਾਂ ਹੈ ਭਾਗਾਂ ਵਾਲੇ ਹੁਣ ਜਿਹੜੇ ਰੱਬੀ ਤਾਕਤ ਨੂੰ ਪ੍ਰਾਪਤ ਕਰਕੇ ਗੁਰੂ ਕੀ ਸੰਗਤ ਦੁਨੀਆਂ ਦੇ ਵਿੱਚ ਨਿਮਾਣੇ ਹੋ ਕੇ ਰਹਿੰਦੇ ਹਨ ਗੁਰੂ ਕੀ ਸੰਗਤ 4 ਪੈਸੇ ਅੱਜ ਮਾੜੇ ਬੰਦੇ ਦੀ ਪਰਵਾਹ ਨਹੀਂ ਕਰਦੇ ਜਾਓ ਤੈਨੂੰ ਦੇਰ ਤੱਕ ਕੌਡੀ ਦਾ ਬੰਦਾ ਤੂੰ ਕਹਿ ਦੇ ਵਾ ਪਰ ਮਾਫ਼ ਕਰਨ ਖਾਲਸਾ ਜੀ ਦੂਜੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਮਹਾਰਾਜ ਕਹਿੰਦੇ ਜਿਸ ਹੱਥ ਜ਼ੋਰ ਕਰ ਵੇਖਿਆ ਸੋਏ ਜਿਹਦੇ ਹੱਥ ਵਿੱਚ ਤਾਕਤ ਹੁੰਦੀ ਉਹ ਤਾਕਤ ਨੂੰ ਅਜਮਾਉਣ ਦੀ ਕੋਸ਼ਿਸ਼ ਕਰਦਾ ਨਾਨਕ ਉੱਤਮ ਨੀਚ ਨਾ ਹੋਏ ਉਹਦੇ ਵਰਗਾ ਕਿਰਿਆ ਇਨਸਾਨ ਕੋਈ ਨਹੀਂ ਜਿਹੜਾ ਗਰੀਬਾਂ ਦੇ ਉੱਤੇ ਜ਼ੁਲਮ ਕਰਦਾ ਹੈ ਐਸਾ ਵੀ ਦੱਸਿਆ ਗਰੀਬਾਂ ਉੱਪਰ ਜੀ ਖਿੰਦਿਆ ਦਾੜੀ ਕਈ ਵਾਰੀ ਮੁੱਛਾਂ ਨੂੰ ਟਾਉ ਦੇ ਕੇ ਨਾ ਕਿਸੇ ਗਰੀਬ ਬੰਦੇ ਨੂੰ ਕਹਿ ਦਿੰਦਾ ਤਗੜਾ ਬੰਦਾ ਜਾ ਮੈਂ ਤੈਨੂੰ ਜਾਣਦਾ
तेरी औकात की है, मैं तेन जानता कौडी का बंदा, पर माफ करना पातशाह के अंदर गरीबा को ऊपर इक्शन दे दाढ़ी पार ब्रह्म से अगर मैं साड़ी जेड़े मच्छा दे पाव दे के दाड़े दे हाथ फेर के साथ संगत जी दाड़ा गुरु की संगत तुम दाड़े दे हाथ फेर के जेड़े दूजे नूं कहिंदे जाओ मैं तेन जानता गुरु साहब के अंदर इहो जिहियां दाड़ियां परमेश्वर दे घर दे विच साथ संगत जी अगला साड़ियां जाणगियां गुरु की संगत वह बंद रब दी डांग दा खड़ाक नहीं है बंदा कई बार गुरु की संगत सियाने कहते हैं हथा दत्तियां दंदा के खोलनिया पंग जेब ने बड़े बड़े जरूर किए सबक माफ करना सभा मन जंजू किसी ने कह दिता सी दस के जी कहता हों कीर्तन सिंह अपने विरसा जो विसाखी का दिहाड़ा है सानू आनंदपुर साहब के अंदर जोड़ता कह दिता जी कलगी धरती उस चमक की तलवार में जोड़ता है जिस तलवार की धार से गुरु साहब ने खालसा पंथ साजे विसाखी का दिहाड़ा शराबा ना जुड़न का दिहाड़ा नहीं है माफ करना गुरु की संगत समा आवेगा गुरु की संगत पातशाह का जो जीवन पढ़ के देखिए कई गल् कीर्तन करने वाली नहीं पर गुरु की संगत कोई समा आवेगा जिन्हें पंथ साजे गुरु की संगत बड़ी वीडी आस रख के साजे है पर ध्यान देना पवेगा गुरु की संगत विसाखी वाला त्यौहार विसाखी का दिहाड़ा सानू आनंदपुर साहब के लोग जोड़ता माफ करना गुरु की संगत पंथ एवं नहीं साजे कि छोटे होंगे किताबों में पढ़ते होंगे अज भी बच्चे पढ़ते हो गए भारत ऋषिया मुनिया का देश सात सौ साठा भारत ऋषिया मुनिया संत भगत का देश पर कही जाते हैं पढ़ते रहे असी भी किसी ने कह दिता सी भारत ऋषिया का देश भारत मुनिया का देश किसी ने कह दिता सी ये संत का देश किसी ने कह दिता सी ये भगत का देश किसी ने कह दिता ये पीर का देश किसी ने कह दिता ये अमरीदा का देश ये पैगंबर का देश किसी ने कह दिता भारत अवतारा का देश किसी ने कह दिता सी औलिया का देश किसी ने कह दिता सी भारत राम का देश कृष्ण का देश किसी ने कह दिता सी ये शिवजी का देश वर्मा का देश विष्णु का देश पर गुरु प्यारे ये देश अज देश ना होता जेकर गुरु दशवेश ना होता कण अपने विरसे तो बहुत दूर जा रहे हैं विसाखी का पवित्र दिहाड़ा सानू साडे विरसे ना जोड़ता साडे पिछोकड़ ना जोड़ता सानू दर्शाता कि साडे गुरु की करते रहे साडे सतगुरु पातशाह जी ने की कुछ किया असी खालसा जी माफ करना गुरु की संगत गुरुद्वारा बैठे हैं किन्ना सोहना गुरु का दरबार बने पर इतने गुरुद्वारा गुरुद्वारे के अर्थ निकलते हैं गुरु द्वारा दिता उपदेश इतने गुरु द्वारा दिता उपदेश सुनने वास्ते असी आए हाँ गुरु की संगत माफ करना इस करके फिर गुरुद्वारा क्या गुरुद्वारे हुए सोझी पाए से दस अर्ज कर गुरु की संगत औरंगजेब के राज के सभा मन चंजू जिस हिंदू भरा का कतल किया जाता उसके गले का चंजू जनेऊ उतारिया जाता कतल किए हिंदू भरावान के गलों उतारे गए चंजुआ का जनेऊआ का भार जदों खालसा की सभा मन होता सी ना अंदाजा ला लो कि एक चंजू या जनेऊ ढाई या तीन मासे का भारा होंदा कतल किए हिंदू भरावान के गलों उतारे गए चंजू जनेऊ का भार जदों सासन सभा मन होता सी औरंगजेब तक जाके खाना खाता सी खालसा जी जिस औरंगजेब के राज विच सतगुरु गुरु तेग बहादुर जी महाराज सतगुरु पातशाह जी ने शहीद कर दिता गया हो उस औरंगजेब के राज विच आम लोगों का की हाल होगा खालसा जी धर्म हित साखा जन की आशीष दी है पर सिर न दी है गल तो इतने निपट जाती है कह दो गल तो इतने निपट जाती है गुरु तेग बहादुर जी महाराज ने शीस कहदे वास्ते दिता कह दो धर्म वास्ते धर्म वास्ते दसवें पातशाह ने पुरख कहदे वास्ते वारे धर्म वास्ते गुरु गोबिंद समर ने जंग कहदे वास्ते वार लड़े धर्म की रक्षा करने वास्ते हम एकाज जगत में आए धर्म हेत गुरदेव बिठाए एक पासे सतगुरु धर्म को बचाने वास्ते अपनी कुरबानी दे रहे हैं एक पासे सतगुरु धर्म को बचाने वास्ते अपने पुत्रां दीयां कुरबानियां दे रहे हैं एक पासे धर्म को बचाने वास्ते सतगुरु पातशाह जी सारा
सरपासे गुरु की संगत माफ करना धर्म की रक्षा वास्ते वारिया गया। एक पासे धर्म नूं बचाउण वास्ते दशमेश जी नूं 14 लड़ाइयां लड़नियां पईयां ते दूजे पासे धर्म नूं बचाउण वास्ते आपां की कर रहे हां दूजे पासे धर्म नूं बचाउण वास्ते आपां की कर रहे हां माफ करना गुरु की संगत ओह दुनिया दे लोकां नूं पता लग के एक घर ते डैण नहीं छड़ दिंदी क्या दसां मैनूं पता तुहानूं इह गल्लां किसे ने नहीं कहणी किसे ने नहीं कहणी है एक घर तो डैन ही छड़ दिंदी है साल के 365 दिन ने नौजवान वीरो नौजवान भैनों 365 दिनों के एक दिन विसाखी का दिन छड़ दो घट्टो घट्ट दूजे धर्मां दे लोकां नूं पता तो लगे आ विसाखी इन्ना पवित्र त्यौहार है एक दिन तो शराबा ना पीओ एक दिन तो कदे खालसा जी माफ करना कारा वाले कारा ते गड्डिया वाले गड्डिया ते पैदल वाले पैदल तुर तुर के खालसा जी झोते रहने अगों भी झोते रहने खालसा जी माफ करना बाजा वाले ते केसरी निशान कदे इस तरह का आप आके मनाया करिए फिर तो साड़ी विसाखी फिर साड़ी विसाखी मनाई सफली फिर साड़ा समा भी सफल 1699 की विसाखी खालसा जी सिंघा कदे पढ़िया कर सिख जगत दे अपने इतिहास दे रत भिजे वर्कियां नूं पढ़िया कर अपने इतिहास दे रत भिजे वर्कियां नूं पढ़िया कर माफ करना गुरु की संगत फिर तेन जाके पता लगेगा कि विसाखी की है विसाखी की है माफ करना गुरु की संगत इसे दिन रंगजेब दियां चार शर्तां सी रंगजेब दे राज कोई राज या महाराजा की तरफ कलगी नहीं सजा सकता दूजी शर्त सी घोड़े की सवारी नहीं कर सकता राज या महाराजा की तरह शस्त्र नहीं रख सकता फौजा नहीं रख सकता चौथी शर्त सी राजे महाराजा की तरफ कोई दरबार नहीं सी सजा सकता पर खालसा जी ध्यान देना पवेगा उस औरंगजेब के राज विच औरंगजेब कहदे बहर औरंगजेब जिहदे राज विच एक पासे हिंदू धर्म खत्म किया जा रहा है कहदे कृष्ण भगवान देवी देवतियां जिहड़ियां मूर्तियां सन उन्हां नूं गऊं दा कतल करके गऊं कतल करके गऊं दे रत नाल राम कृष्ण ते देवी देवतियां दीआं मूर्तियां नूं धोया गया स्नान करवाया गया खालसा जी हिंदू धर्म दे विच राम ते कृष्ण दे भक्तां दे कतल कीते गए इक पासे कह दो इक पासे असीं अज किसे नूं कहीए अमर शब्द गुरु वाले बन जाओ आपां कह दिंदे साडियां मजबूरियां ने सारे को धन श्री गुरु गोबिंद सिंह धन श्री गुरु गोबिंद सिंह जी गुरु दे सामने पहाड़ दी तरह बड़े बड़े चैलेंज बड़े बड़े तूफान खड़े ने माफ करना एक पासे हिंदू धर्म खत्म किया जा रहा है दूजे पासे खालसे नु पैदा किया जा रहा है पढ़िया गुलामी विच ये वधिया भी गुलामी विच खालसा जी धन गुरु गोबिंद सिंह जी खालसा जी नौवें सतगुरु पातशाह की अदूती शहीदी ने सारे हिंदुस्तान कंबा के रख दिता सी तेग बहादुर के चंद भयो जगत को सोग है सब जग भयो जय 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 सुरलोक मैं नौजवान वीरां नूं बेनती करदा सचमुच मैं प्रधान ते सरकारी साहब नूं भी कहण तों गुरेज नहीं करांगा क्योंकि सरदास सच दे सच जिंदगी दे दो ही अहम ने पाणी तां है ही सच कह दो वाहिगुरु बाकी सब झूठ बाकी सब झूठ है बाणी सच है गुरु ग्रंथ साहिब सच है दसे पाशियां सच हन संत भगत सच हन परमेश्वर सच है मैं एक बेनती करूंगा प्रधान ते सैकटरी साहब नूं कि गुरु घर इन्ना वधिया बणिया सच करके जाणियो कि इहदे च जे कह दित्ता जावे कि इक ऐसा सिंह जी कि यूरोप कंट्रियां दे विच इक बहुत वड्डा अजूबा बणिया गुरु घर पर मैं एक बेनती जरूर करूंगा जिथे पौड़ियां तों चढ़दे हो ना माफ करना गुरु की संगत उत्थे दसां पातशाहियां दा ते जिन्ने संतां भगतां दी बाणी गुरु ग्रंथ साहिब दी बाणी च दर्ज है उहनां दा सारा जीवन ते इतिहास लिखिया दर्शन
करन वाले नूं पता लग सके इस गुरु घर दी बैकग्राउंड की है, इहदे पिछे गुरु की संगत माफ करना सच्चाई की है। ते जदों साडे पातशाह दा जीवन पढ़न शहीदियां दा जिक्र पढ़न दूजे धर्मां दे लोकी ते इह गल उहनां दे मूंह तों आप मुहारे फुट के बाहर आ जाए। ऐवें नहीं सिखा ने एडा वड्डा अजूबा चौरब की धरती ते बनाया क्योंकि इहदे पिछे कुर्बानियां हन। खालसा जी गुरु की संगत माफ करना, ओ सिंघो जिस बापू ने तुहाडे वर्गे पुत वारे सन, कह दिओ तुहाडे वर्गे पुत वारे सन, तुहाडे वर्गे पुत वारे सन बाबा अजीत सिंह झुझार सिंह, फतेह सिंह जोरावर सिंह, अपने पुत वार के ते अपने पुत बनाया सी। सिंघो जिते अपने पुत वार के सानू अपने पुत बनाया, उस बापू ने किधर पुछना मेरे पुतो तुसी मेरे वास्ते की ਤੁਸੀਂ ਮੇਰੇ ਵਾਸਤੇ ਕੀ ਕਰਕੇ ਆਏ ਹੋ? ਮਾਫ਼ ਕਰਨਾ ਗੁਰੂ ਕੀ ਸੰਗਤ, ਇਹੋ ਦਾ ਸਮਾਂ ਜਦੋਂ ਕਿ ਔਰੰਗਜ਼ੇਬ ਦੇ ਰਾਜ ਵਿੱਚ ਕਿਸੇ ਦੀ ਜ਼ਬਾਨ ਨਹੀਂ ਸੀ ਖੁੱਲਦੀ, ਕੋਈ ਉੱਚਾ ਸਾਹ ਨਹੀਂ ਸੀ ਲੱਗ ਸਕਦਾ, ਮਾਫ਼ ਕਰਨਾ ਕਿਸੇ ਦੇ ਵਿੱਚ ਹਿੰਮਤ ਨਹੀਂ ਰਹੀ ਸੀ। ਮਾਫ਼ ਕਰਨਾ ਭਾਗਾਂ ਵਾਲਿਓ, ਇਹੋ ਜਿਹੇ ਸਮੇਂ ਖਾਲਸਾ ਪੰਥ ਦੀ ਸਿਰਜਣਾ ਕੀਤੀ। ਮਾਫ਼ ਕਰਨਾ ਗੁਰੂ ਕੀ ਸੰਗਤ, ਮੈਨੂੰ ਕਿਸੇ ਨੇ ਸਵਾਲ ਕਰ ਦਿੱਤਾ, ਸੰਤ ਜੀ ਸਿੱਖਾਂ ਦੀ ਗਿਣਤੀ ਕਿਉਂ ਥੋੜੀ? ਮੈਂ ਕਿਹਾ ਸ਼ੇਰਾਂ ਦੀ ਗਿਣਤੀ ਹੁੰਦੀ ਥੋੜੀ, ਸ਼ੇਰ ਦੇ ਉੱਤੇ ਹਰ ਬੰਦੇ ਦੀ ਅੱਖ ਹੁੰਦੀ ਹੈ। ਮਾਫ਼ ਕਰਨਾ ਗੁਰੂ, ਕਿਸੇ ਨੇ ਮਰਨਾ ਨਹੀਂ, ਇਹਨੂੰ ਮਾਰਦੇ ਮੁਗਲ ਮਰ ਗਿਆ, ਮਾਫ਼ ਕਰਨ ਇਹ ਨਹੀਂ ਮਰ ਸਕਦਾ। ਬਾਬਰ ਮਰ ਗਿਆ, ਜਹਾਂਗੀਰ ਮਰ ਗਿਆ, ਇਹਨੂੰ ਮਾਰਦੇ ਅਕਬਰ ਮਰ ਗਿਆ, ਇਹਨੂੰ ਮਾਰਦੇ ਔਰੰਗਜ਼ੇਬ ਮਰ ਗਿਆ, ਇਸ ਖਾਲਸੇ ਨੂੰ ਮਾਰਦੇ ਮੰਨੂ ਵਰਗੇ ਮਰ ਗਿਆ, ਇਹਨੂੰ ਮਾਰਦੇ ਖਾਲਸਾ ਜੀ ਜ਼ਕਰੀਆ ਖਾਂ ਵਰਗੇ ਮਰ ਗਿਆ, ਬੱਲੇ ਕਿੱਡੇ ਵਰਗ ਮਰ ਗਿਆ, ਇਹਨੂੰ ਮਾਰਦੇ ਬੱਲੇ 47 ਦੇ ਵਿੱਚ ਅੰਗਰੇਜ਼ ਵੀ ਇੰਡੀਆ ਛੱਡ ਕੇ ਆ ਗਿਆ ਸੀ, ਇਹਨੂੰ ਹਮੇਸ਼ਾ ਚੜ੍ਹਦੀ ਕਲਾ ਚ ਰਿਹਾ, ਇਹਨੂੰ ਪੈਦਾ ਕੀਤਾ ਤਲਵਾਰ ਦੀ ਧਾਰ ਦੇ ਵਿੱਚੋਂ, ਇਹਦੀ ਅਰਦਾਸ ਸੀ ਨਿਤ ਰੋਜ ਦੀ, ਨਾਨਕ ਨਾਮ ਨਾਮ ਦਾ ਪਤਾ ਕਹਿ ਦਿਓ ਵਾਹਿਗੁਰੂ। ਨਾਨਕ ਨਾਮ ਬੜੀ ਡੂੰਘੀ ਫਲਾਸਫੀ, ਬੜੀ ਗਹਿਰੀ ਫਲਾਸਫੀ ਹੈ। ਨਾਨਕ ਨਾਮ ਅੱਗੇ ਚੜ੍ਹਦੀ ਕਲਾ ਉਹਦੀ ਰਹੇਗੀ ਜਿਹੜਾ ਨਾਮ ਜਪੇਗਾ, ਕਹਿ ਦਿਓ ਨਾਨਕ ਨਾਮ ਚੜ੍ਹਦੀ, ਨਾਨਕ ਨਾਮ ਚੜ੍ਹਦੀ ਕਲਾ, ਮਾਫ਼ ਕਰਨਾ ਜਿਹੜਾ ਨਾਮ ਜਪੇਗਾ ਉਹਦੀ ਚੜ੍ਹਦੀ ਕਲਾ ਰਹੇਗੀ, ਤੇ ਜਿਹਦੀ ਚੜ੍ਹਦੀ ਕਲਾ ਰਹੇਗੀ ਉਹ ਸਰਬੱਤ ਦਾ ਫਲ ਮੰਗੇਗਾ। ਖਾਲਸਾ ਜੀ ਕਹਿ ਦਿਓ ਵਾਹਿਗੁਰੂ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਵੇਂ ਸਰਬੱਤ ਦਾ ਭਲਾ, ਸਿੱਖੀ ਤੇ ਪਿਆਰ ਵੱਡਦੀ ਆ, ਸਿੱਖੀ ਦੇ ਵਿੱਚ ਤਾਂ ਹੈ ਹੀ ਪਿਆਰ। ਮਾਫ਼ ਕਰਨਾ, ਕਈ ਵਾਰੀ ਮਿੱਠਾ ਅੰਮ੍ਰਿਤ ਛਕ ਲੈਂਦੇ ਹਾਂ, ਮਾਫ਼ ਕਰਨਾ, ਮੈਨੂੰ ਕੋਈ ਸ਼ੇਰ ਯਾਦ ਆਇਆ, ਕਹਿ ਦਿੰਦਾ ਮਿੱਠਾ ਅੰਮ੍ਰਿਤ ਛਕ ਲੈਂਦੇ ਹਾਂ, ਮਿੱਠਾ ਅੰਮ੍ਰਿਤ ਛਕ ਕੇ ਮਿੱਠਾ ਕੋਲ ਨਾ ਭੁੱਲ ਜਾਂਦੇ ਹਾਂ। ਮਾਫ਼ ਕਰਨਾ, ਕਈ ਵਾਰੀ ਅੰਮ੍ਰਿਤ ਛਕ ਲੈਂਦੇ ਹਾਂ, ਜਿਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਨੂੰ ਘੂਰ ਘੂਰ ਕੇ ਦੇਖਦੇ ਹਾਂ, ਨਹੀਂ ਉਹਨਾਂ ਨੂੰ ਪਿਆਰ ਕਰੋ, ਉਹਨਾਂ ਨੂੰ ਪਿਆਰ ਕਰੋ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਅੰਮ੍ਰਿਤ ਛਕ ਕੇ ਬੰਦੇ ਦੀ ਜ਼ਿੰਦਗੀ ਇੰਨੀ ਬਦਲ ਜਾਂਦੀ। ਮਾਫ਼ ਕਰਨਾ, ਉਹ ਵੀ ਸਮਝਣ ਵੀ ਉਹ ਆਪਾਂ ਕਿਉਂ ਨਾ ਅੰਮ੍ਰਿਤ ਛਕ ਲਈਏ। ਖਾਲਸਾ ਜੀ, ਇਹਨੂੰ ਇੱਕ ਸ਼ਾਇਰ ਕਹਿੰਦਾ ਸੰਤ ਜਗ ਵੀ ਆਦੀ ਹੈ। ਮਾਫ਼ ਕਰਨਾ ਗੁਰੂ ਕੀ ਸੰਗਤ, ਉਹ ਕਹਿੰਦਾ ਗੁਰੂ ਕੀ ਸੰਗਤ ਬਸੰਤ ਬਹਾਰ ਜਬ ਵੀ ਆਉਂਦੀ ਹੈ, ਕਹਿੰਦਾ ਜਦੋਂ ਵੀ ਬਹਾਰ ਆਉਂਦੀ ਆ, ਬਹਾਰ ਜਬ ਵੀ ਆਉਂਦੀ ਹੈ, ਗੁਲਸ਼ਨ ਪੇ ਆਉਂਦੀ ਹੈ, ਵਰਨਾ ਅੱਖ ਤੋਂ ਬਰਾਂ ਚੁੱਕਿਆ ਕਰਦਾ। ਕਹਿੰਦਾ ਐ ਬਸੰਤ, ਐ ਬਹਾਰ, ਤੂੰ ਜਦੋਂ ਵੀ ਆਉਂਦੀ ਹੈ, ਤੂੰ ਬੂਟਿਆਂ ਫਲ ਦਾ ਬੂਟਿਆਂ ਦੇ ਆਉਂਦੀ ਹੈ, ਤੂੰ ਫੁੱਲਾਂ ਤੇ ਆਉਂਦੀ ਹੈ, ਤੂੰ ਦਰਖਤਾਂ ਤੇ ਆਉਂਦੀ ਹੈ, ਮਜ਼ਾ ਤੇ ਤਾਤੇ ਬਹਾਰ, ਤੂੰ ਉਸ ਥਾਂ ਤੇ ਆ ਜਿੱਥੇ ਕੋਈ ਬੂਟਾ ਨਹੀਂ, ਜਿੱਥੇ ਕੋਈ ਰੁੱਖ ਨਹੀਂ। ਸਿੰਘੋ, ਆਪਾਂ ਇਹਨਾਂ ਜੀਵਨ ਬਦਲ ਕੇ ਰੱਖ ਦਿੱਤਾ ਗੁਰੂ ਸਾਹਿਬ ਨੇ ਸਾਡਾ, ਆਹ ਬਾਦਸ਼ਾਹ ਰੰਗ ਜਿਹੜੀਆਂ ਚਾਰ ਸ਼ਬਦਾਂ ਤੋੜਨੀਆਂ, ਅਨੰਦਪੁਰ ਵਰਗਾ ਜਿਹਦਾ ਤਖਤ ਹੋਵੇ, ਬੱਦੇ 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 ਅਨੰਦਪੁਰ ਵਰਗਾ ਜਿਹਦਾ ਤਖਤ ਹੋਵੇ,
ਉਹਦਾ ਗੁਰੂ ਕਿੱਡਾ ਕੁ ਮਹਾਨ ਹੋਸੀ ਜਿਹਦੇ ਸੀਸ ਤੇ ਕਲਗੀ ਮਾਰੇ ਚਮਕਾਂ ਉਸ ਗੁਰੂ ਦੀ ਕਿੱਡੀ ਪਛਾਣ ਹੋਸੀ। ਦੁਨੀਆਂ ਦੇ ਲੋਕੀ ਮਹਾਰਾਜਾ ਰਣਜੀਤ ਸਿੰਘ ਦੀ ਕਲਗੀ ਨੂੰ ਵੇਖਣ ਵਾਸਤੇ ਜਾਂਦੇ ਨੇ, ਕਿਤੇ ਉਹਦੀ ਕੁਰਸੀ ਨੂੰ ਵੇਖਣ ਵਾਸਤੇ ਜਾਂਦੇ ਨੇ। ਕਲਗੀ ਧਰ ਪਾਤਸ਼ਾਹ ਦੀ ਕਲਗੀ ਉਸ ਜ਼ਮਾਨੇ ਦੇ ਵਿੱਚ ਜੋ ਕਲਗੀ ਦੇ ਵਿੱਚ ਹੀਰਾ ਸੀ ਨਾ, ਉਸ ਹੀਰੇ ਦੀ ਕੀਮਤ ਇੰਨੀ ਸੀ ਕਿ ਜੇਕਰ ਹਿੰਦੁਸਤਾਨ ਨੂੰ 7 ਵਾਰੀ ਵੇਚ ਦਿੱਤਾ ਜਾਂਦਾ ਇੱਕ ਹੀਰਾ ਬਣਦਾ ਸੀ। ਇੱਕ ਹੀਰਾ ਮਾਹ ਕਰਨ ਗੁਰੂ ਦੀ ਸੰਗਤ ਸਿਰ ਕੱਟਣ ਤੋਂ ਬਾਅਦ ਵੀ ਰਹੇ ਲੜਦਾ ਸਿੱਖ ਜੀ ਦਾ, ਉਹਦਾ ਗੁਰੂ ਕਿੱਡਾ ਕੁ ਬਲਵਾਨ ਹੋਸੀ। ਵਾਲਿਓ ਅਨੰਦਪੁਰ ਦੀ ਧਰਤੀ ਤੇ ਖਾਲਸਾ ਦੀ ਗੁਰਤਾ ਗੁਰਗੱਦੀ ਦੀ ਥਾਂ ਤੇ ਤਖ਼ਤ ਸਜਾਉਣਾ ਸ਼ੁਰੂ ਕੀਤਾ। ਖਾਲਸਾ ਦੀ ਘੋੜਸਵਾਰੀ ਦੁਨੀਆਂ ਦੇ ਘੋੜੇ ਤੇ ਬੜੇ ਨੇ, ਪਰ ਬਾਜਾਂ ਵਾਲੇ ਦੇ ਨੀਲੇ ਵਰਗਾ ਘੋੜਾ ਖਾਲਸਾ ਜੀ, ਬਾਜਾਂ ਵਾਲੇ ਦੇ ਨੀਲੇ ਵਰਗਾ ਘੋੜਾ ਨਾ ਕੋਈ ਹੋਇਆ ਤੇ ਨਾ ਕਿਸੇ ਨੇ ਹੋਣਾ। ਉਹ ਤਾਂ ਕੋਈ ਦਰਗਾਹੀ ਦੇਵ ਲੋਕ ਦਾ ਦੇਵਤਾ ਸੀ ਖਾਲਸਾ ਜੀ। ਮਾਫ਼ ਕਰਨ ਘੋੜੇ ਦੀ ਸਵਾਰੀ, ਫਿਰ ਗੁਰੂ ਕੀ ਸੰਗਤ ਜੰਗੀ ਸ਼ਸਤਰ ਬਸਤਰ ਤੇ ਸਿੱਖ ਪੈਦਾ ਕੀਤੇ ਕਿਹੋ ਜਿਹੇ ਭਾਈ ਬਚੱਤਰ ਸਿੰਘ ਵਰਗੇ ਸੂਰਮੇ ਸਿੱਖ ਜਿਹੜੇ ਹਾਥੀਆਂ ਦੇ ਮੱਥੇ ਵਿੱਚ ਨਾ ਸਾਧ ਸੰਗਤ ਜੀ ਨਾਗੜੀ ਮਾਰ ਕੇ ਹਾਥੀਆਂ ਦੇ ਮੱਥੇ ਨੂੰ ਪਾੜਨ ਲਈ ਸਮਰੱਥ ਹੋਏ ਖਾਲਸਾ ਜੀ। ਮਾਫ਼ ਕਰਨ ਗੁਰੂ ਕੀ ਸੰਗਤ ਤੇ ਰਾਜਿਆਂ ਮਹਾਰਾਜਿਆਂ ਦੀ ਤਰ੍ਹਾਂ ਦਰਬਾਰ ਸਜਾਉਣਾ ਸ਼ੁਰੂ ਕੀਤਾ। ਕਈ ਕਹਿ ਦਿੰਦੇ ਨੇ ਕਿ ਬਾਬਾ ਜੀ ਬੜੇ ਜਜ਼ਬਾਤ ਕੋਲੇ ਚੋੜਦੇ ਨੇ, ਪਰ ਧੰਨ ਗੁਰੂ ਗੋਬਿੰਦ ਸਿੰਘ, ਜਿੱਥੇ ਜਜ਼ਬਾਤ ਹੀ ਨਹੀਂ, ਜਜ਼ਬਾਤ ਕੀ ਬਾਤ ਕੋਈ ਬਾਤ ਨਹੀਂ ਹੁੰਦੀ, ਨਹੀਂ ਹੁੰਦੀ। ਕਈ ਕਰੇ ਮੇਰੀ ਕਹਿੰਦੇ ਨੇ ਆਹ ਕਰ ਦਿਆਂਗੇ, ਆਹ ਕਰ ਦਿਆਂਗੇ, ਆਹ ਕਰ ਦਿਆਂਗੇ, ਆਹ ਕਰਨਾ ਕੀ ਕੱਖ ਬਣੇ। ਕੋਦਾ ਪਹਾੜ ਤੇ ਨਿਕਲਾ ਜੂਆ, ਪਰ ਗੁਰੂ ਗੋਬਿੰਦ ਸਿੰਘ ਦੀ ਹਰ ਬਾਤ ਜਜ਼ਬਾਤ ਵਿੱਚ ਹੈ, ਹਰ ਬਾਤ ਜਜ਼ਬਾਤ ਵਿੱਚ ਹੈ, ਉਹਦੇ ਹਰ ਜਜ਼ਬਾਤ ਵਿੱਚ ਕੋਈ ਕਰਾਮਾਤ ਹੈ। ਪਾਤਸ਼ਾਹ ਦੇ ਹਰ ਬਚਨ ਵਿੱਚ ਕੋਈ ਜਜ਼ਬਾਤ ਹੈ, ਹਰ ਜਜ਼ਬਾਤ ਵਿੱਚ ਕਰਾਮਾਤ ਹੈ। ਬਾਤ ਜਜ਼ਬਾਤ ਕੀ ਬਾਤ ਕੋਈ ਬਾਤ ਨਹੀਂ ਹੁੰਦੀ, ਮਗਰ ਜਿਸ ਬਾਤ ਮੇਂ ਜਜ਼ਬਾਤ ਨਾ ਹੋ ਵੋ ਵੀ ਬਾਤ ਕੋਈ ਬਾਤ ਨਹੀਂ ਹੁੰਦੀ। ਖਾਲਸਾ ਜੀ 1699 ਦੀ ਵਿਸਾਖੀ ਨੂੰ ਮੁੱਖ ਰੱਖ ਕੇ ਖਾਲਸਾ ਜੀ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਕੋਨੇ ਕੋਨੇ ਵਿੱਚ ਪੂਰਬ ਪੱਛਮ ਉੱਤਰ ਦੱਖਣ ਚਿੱਠੀਆਂ ਸੱਦੇ ਸੁਨੇਹੇ ਲਿਖ ਕੇ ਭੇਜੇ ਗਏ ਗੁਰੂ ਨਾਨਕ ਦੀ ਨਾਮ ਦੇਵਾ ਸੰਗਤ ਜੀਓ, ਇਸ ਵਾਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਦਰਸ਼ਨ ਦੇ ਤਾਰੇ ਦੇਣ ਦੀ ਕਿਰਪਾਲਤਾ ਕਰੋ। ਕੋਈ ਖਾਸ ਪ੍ਰੋਗਰਾਮ ਕੋਈ ਲਿਖਣਾ, ਉਹਨਾਂ ਸਮਿਆਂ ਵਿੱਚ ਰੇਲਾਂ ਕੱਢੀਆਂ ਸੜਕਾਂ ਤੱਕ ਜਾ ਨਹੀਂ ਸੀ ਵਿਛਿਆ, ਆਇਆ ਆਇਆ ਉੱਥੇ 10 ਲੱਖ ਦੀ ਗਿਣਤੀ ਦੀਆਂ ਸੰਗਤਾਂ ਦਾ ਇਕੱਠ ਆਇਆ। ਮੇਰੇ ਨਗਰ ਕੀਰਤਨ ਹੈ, ਕਹਿ ਦੋ ਨਗਰ ਕੀਰਤਨ ਹੈ, ਕੋਈ ਇਸ ਗੱਲ ਨੂੰ ਮੁੱਖ ਰੱਖ ਕੇ ਆਵੇਗਾ ਉਹ ਧੰਨ ਭਾਗ ਮੇਰੇ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਾਂਗਾ, ਧੰਨ ਭਾਗ ਮੇਰੇ ਜਦੋਂ ਮੈਂ ਨਗਰ ਕੀਰਤਨ ਵਿੱਚ ਚੱਲਾਂਗਾ, ਮੇਰੇ ਸਵਾਸ ਮੇਰੇ ਕਦਮ ਮੇਰਾ ਸਮਾਂ ਗੁਰੂ ਚਰਨਾਂ ਦੇ ਵਿੱਚ ਲੱਗੇਗਾ। ਪਰ ਕਈ ਮੇਲਾ ਵੇਖਣ ਵਾਸਤੇ ਵੀ ਆਉਣਗੇ ਖਾਲਸਾ ਜੀ, ਮੇਲਾ ਹੋਰ ਹੁੰਦਾ ਤੇ ਸ਼ਰਧਾ ਹੋਰ ਹੁੰਦੀ ਹੈ। ਮਾਫ਼ ਕਰ ਲਓ, ਸਿੱਖ ਦਾ ਮੇਲਾ, ਸਿੱਖ ਦਾ ਮੇਲਾ ਇਹ ਨਹੀਂ ਹੈ ਕਿ ਹੱਥ ਵਿੱਚ ਸ਼ਰਾਬ ਦੀਆਂ ਬੋਤਲਾਂ ਨੇ, ਸਿੱਖ ਦਾ ਮੇਲਾ ਤਾਂ ਇਹ ਹੈ ਨਾਮ ਜਪਦੇ ਜਪਦੇ ਸਿੱਖ ਦਾ ਗੁਰੂ ਨਾਲ ਮਿਲਾਪ ਹੋ ਜਾਏ। ਵਿਛੜਿਆ ਮੇਲੇ, ਵਿਛੜਿਆ ਮੇਲੇ, ਮੇਲੇ ਪ੍ਰਭੂ ਸਿੱਖ ਦੇ ਮੇਲੇ, ਸਿੱਖ ਦੇ ਮੇਲੇ ਤਾਂ ਗੁਰੂ ਨਾਲ ਮਿਲਾਪ ਹੈ। ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ, ਪਰ ਹਰ ਨਾਮ ਮੰਤਰ ਦੜਾਏਂਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਇਨਾ ਮਿਲਾਇਆ ਜਿਨ ਤੁਰੋ ਪਿਆ, ਜਿਨ ਤੁਰੋ ਪਿਆ ਸੰਜੋਗ, ਜਿਨ ਤੁਰੋ ਪਿਆ ਸੰਜੋਗ, ਆਇਆ ਆਇਆ ਆਇਆ। ਬੱਦਲ 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 10 ਲੱਖ ਦੀ ਗਿਣਤੀ ਦੀਆਂ ਸੰਗਤਾਂ ਦਾ ਇਕੱਠ ਆਇਆ, ਕੋਈ ਮੇਲਾ ਸਮਝ ਕੇ ਆਇਆ, ਕੋਈ ਇਹ ਸਮਝ ਕੇ ਆਇਆ ਕਿ ਮਾਫ਼ ਕਰਨਾ ਕਣਕ ਦੀਆਂ ਫਸਲਾਂ ਪੱਕਣ ਤੇ ਗਈਆਂ ਨੇ, ਵਿਸਾਖੀ ਦੇ ਨੇੜੇ ਮੂਮਨ ਕਣਕਾਂ ਪੱਕ ਜਾ ਕਰਦੀਆਂ ਨੇ, ਬੱਚਾ ਚਲੋ ਅਸੀਂ ਪਿੰਡਾਂ ਦੇ ਰਹਿਣ ਵਾਲੇ ਹਾਂ। ਖਾਲਸਾ ਜੀ ਕੋਈ ਇਹ ਸਮਝ ਕੇ ਆਇਆ ਕਿ ਦਿਨ ਵੇਲੇ ਹਨ, ਚਲੋ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਈਏ। ਆਇਆ ਆਇਆ
कोई मेदा समझ के आया, कोई मेदा वेखने आया, कोई मन बचाने आया, कोई खालसा दी माफ करना गुरु की संगत शरदा रख के समा गुरु चरणा में लाने आया। आया आया एक दया राम आया, एक लाहौर तो भाई दया राम आया। दया राम कमाल दी गल है सिखा, पंजा प्यारियां दे नाम सिख दे विच पंज गुण हन। कह दे भाई पंज गुण हन, पंज गुण हन सिखा के सिख बनने ते दया पैदा कर। दया धर्म की मां है, जिथे दया नहीं उथे धर्म नहीं रह सकता, उथे धर्म नहीं रह सकता। दया धर्म की मां है, मां तौल धर्म दया का सूत, संतोख थाप रखिया जब सूत। एक दया राम आया, एक धर्म चंद दिल्ली दे रहन वाला आया, एक हिम्मत राय हिम्मत करके जगन्नाथपुरी तू पाया। माफ करना पंजे प्यारे, एक मोहतम चंद मौत की द्वार तोड़ के द्वारकापुरी कृष्ण भगवान की नगरी तू पाया। ये जिन्हें पंजे प्यारे सन एक बार कह दे वाहे, जिन्हें पंद्रह प्यारे सन बड़े बड़े धर्म अस्थान तू पाए। माफ करना जगन्नाथ भगवान का मंदिर जगन्नाथपुर की धरती से पैंदा है, द्वारकापुरी कृष्ण की नगरी सी। माफ करना गदर, माफ करना गुरु की संगत, वेदर की धरती भी एक बहुत बड़ा तीर्थ है जिथे गुरु नानक जी के चरण पैने, जिथे खालसा जी चश्मे अपने आप पानी बग रहा है। दर्शन किए हो संगत जी सचखंड सब जादर के दर्शन भी करके आदिया हो। माफ करना भाई मोहतम चंद मौत द्वार तोड़ के आया, एक साफ चंद वेदर के रहने वाला गुरु का साफ बन के आया, एक साफ चंद साफ न जुड़न वास्ते आया। माफ करना साहब गुनी गहेरा घर लश्कर सब तेरा, माफ करना एक साफ सिंह साहब न जुड़न वास्ते आया। पंजे प्यारे पंजे करीब करा, कह दे खालसा जी पंजे प्यारे पंजे करीब करा दे गुरु की चोण वे। माफ करना गुरु की सिलेक्शन वेखो, सिलेक्शन इतने इलेक्शन नहीं है, इतने इलेक्शन नहीं है। माफ करना गुरु नानक के घर इतने सिलेक्शन है, सिलेक्शन। माफ करना सिलेक्शन है, सिलेक्शन। आज आनंदपुर की धरती से लखा की गिनती दिया संगत का खाठा खालसा दी, अज गुरता गुरगद्दी की थान से अज तख्त सजा हुआ। पंडाल के 80,000 की गिनती का कट है, रागी संकीर्तन कारण समा बीतता तुरिया जाता है, बीतता तुरिया जाता खालसा जी, समा बीतता तुरिया जाता। गुरु की संगत कहते हैं संगत रण हो रही ने, दिन के 9 बजे 10 बजे 11 बजे का समा हो गया। एक दूजे के कान मूह ला के पुछता सी, गुरु साहब ने आख्या सी कोई खास प्रोग्राम आप तो पातशाह आए नहीं, आप तो पातशाह ने दीदार नहीं दिते। माफ करना जे सानू इत्थे सद लिया, इत्थे बुला लिया, ते दूजा सिख जवाब दिंदा सी वीरा चुप कर, पर गुरु साहब ने आख्या सी कोई वड्डा प्रोग्राम उलीकना। पर वड्डे प्रोग्रामां दी फिर तैयारी भी ते वड्डी होंदी है, वड्डे प्रोग्रामां दी तैयारी भी ते फिर वड्डी होंदी है। गुरु की संगत एक दूजे दे कन्न नाल मूंह डाउंदा सी, दूजा दूजे दे कन्न नाल मूंह डा के दसदा सी। माफ करना समा बीतता तुरिया जांदा, ओह समा हो पाया, ओह समा हो पाया। खालसा जी इतिहास दसदा, इतिहास इतिहास दसदा कि गुरु गोबिंद समर दा शरीर इन्ना फटीला सी, कहिंदे ने इक वारी जे तलवार म्यान चों बाहर आ जांदी सी ना, खालसा दी रक्त पीत ते गुणा वापस नहीं सी मुड़दी। कभी छोटे होंदे पढ़दे होंदे सां सोहणी ओह तेग नराली सी, तेग तलवार सोहणी सोहणी ओह तेग नराली सी, कदकी धर जिसदा बाजी सी। पर जद बाहर म्यानू आउंदी सी ओह काल जुलम दे दौंदी सी। खालसा जी माफ करना अज समां बीतता तुरिया जांदा, जदों 11 बजे का समा होया, अज पंडाल के पिछले पासों बिजली की तरह, बिजली की तरह अज अज ते खालसा जी साडा जीवन किसे होर पासे तुरिया जांदा है। कहते ने पातशाह नूं जंगां ते युद्धां दा इन्ना शौक सी ना, साहिब गुरु गोबिंद सिंह महाराज नूं
ਕਦਮ ਇੱਕ ਘੱਟ ਇੱਕ ਘੋੜੇ ਤੋਂ ਕਾਠੀ ਤਾਂ ਲੈਂਦੀ ਸੀ ਪਹਿਲਾਂ ਦੂਜੇ ਘੋੜੇ ਤੇ ਕਾਠੀ ਪੈਂਦੀ ਸੀ ਪਹਿਲਾਂ ਦੂਜੇ ਘੋੜੇ ਤੇ ਕਾਠੀ ਪੈਂਦੀ ਜਿਹੜੀ ਬਾਣੀ ਉਚਾਰਨ ਕੀਤੀ ਨਾ ਖਾਲਸਾ ਸੋ ਜੋ ਕਰੇ ਚੜ੍ਹੇ ਤਰੰਗ ਤਰੰਗ ਦਾ ਘੋੜੇ ਦਾ ਖਾਲਸਾ ਸੋ ਜੋ ਚੜ੍ਹੇ ਤਰੰਗ ਖਾਲਸਾ ਸੋ ਜੋ ਕਰੇ ਨਿਤ ਜੰਗ ਕਰੇ ਨਿਤ ਜੰਗ ਇੱਕਦਮ ਕਹਿੰਦਾ ਨਾ ਉਹ ਸਮਾਂ ਹੋਇਆ ਜਦੋਂ ਪੰਡਾਲ ਦੇ ਪਿਛਲੇ ਪਾਸਿਓ ਕੰਦਕੀ ਤਰਪਾਸ਼ਾ ਬਿਦਰੀ ਦੀ ਤਰ੍ਹਾਂ ਗੁਰੂ ਕੀ ਸੰਗਤ ਇੱਕਦਮ ਪਾਸੋਂ ਸਟੇਜ ਤੇ ਆਏ ਨੇ ਇੱਕ ਇਤਿਹਾਸਕਾਰ ਲਿਖਦਾ ਛਾਲ ਮਾਰ ਕੇ ਜਿਹੜੇ ਸਟੇਜ ਉੱਤੇ ਲਾਲੀ ਅੱਖਾਂ ਤੇ ਚਿਹਰੇ ਨੂੰ ਚੜੀ ਹੋਈ ਸੀ ਇੱਕ ਚਮਕਦੀ ਹੱਥ ਵਿੱਚ ਦੇਗ ਹੈ ਸੀ ਮਸਤੀ ਹੋਰ ਵੀ ਮੱਥੇ ਤੇ ਮੜੀ ਹੋਈ ਸੀ ਪਰ ਵੇਖਣ ਵਾਲਿਆਂ ਨੂੰ ਇੰਜ ਜਾਪਦਾ ਸੀ ਗੋਣੀ ਆਣ ਕੇ ਕਿਸੇ ਦੀ ਖੜੀ ਹੋਈ ਸੀ ਮਿਆਨੋ ਖਿੱਚ ਹਜ਼ੂਰ ਨੇ ਕਿਹਾ ਏਦਾਂ ਸਿਰ ਦਿਓ ਕੋਈ ਹੇਠ ਕਿਰਪਾਨ ਅੱਗੇ ਇੱਕ ਕਰਜ ਭਰੀ ਇੱਕ ਲਲਕਾਰ ਭਰੀ ਆਵਾਜ਼ ਵਿੱਚ ਦਸ਼ਮੇਸ਼ ਜੀ ਨੇ ਆਖਿਆ ਸਿੰਘੋ ਸਿੰਘੋ ਧਰਮ ਖਤਰੇ ਵਿੱਚ ਹੈ ਕਦ ਸਿੰਘੋ ਧਰਮ ਖਤਰੇ ਵਿੱਚ ਹੈ ਖਤਰੇ ਵਿੱਚ ਇੱਕ ਸਿਰ ਇੱਕ ਸਿਰ ਇੱਕ ਸਿਰ ਇੱਕ ਸਿਰ ਮਾਫ਼ ਕਰਨਾ ਮੈਨੂੰ ਇੱਕ ਸਿਰ ਚਾਹੀਦਾ ਇੱਕ ਸਿਰ ਚਾਹੀਦਾ ਪਰ ਨਾ ਇਹ ਗੱਲ ਕਹਿ ਦਿੱਤੀ ਜਿਹਨੇ ਪ੍ਰੇਮ ਦੀ ਮਾਫ਼ ਕਰਨਾ ਜਿਹਨੇ ਪ੍ਰੇਮ ਦੀ ਖੇਡ ਨੂੰ ਖੇਡਣਾ ਮਾਫ਼ ਕਰਨਾ ਕੋਈ ਗੁਰੂ ਕਾ ਸਿੱਖ ਅੱਗੇ ਵਧੇ ਖਾਲਸਾ ਜੀ ਸਿਰ ਰੱਖ ਕੇ ਤਲੀ ਤੇ ਆਵੇ ਸਿਰ ਰੱਖ ਕੇ ਤਲੀ ਤੇ ਆਵੇ
ਜਜ਼ਬਾਤ ਖਤਮ ਹੋ ਗਏ ਨੇ ਕੀ ਜਜ਼ਬਾਤ ਅੰਮ੍ਰਿਤਸਰ ਤੋਂ ਰੱਖਿਆ ਨਹੀਂ ਜਾਣਾ ਅੰਮ੍ਰਿਤ
ਸ਼ਕਤ ਦੇ ਬਾਅਦ ਪੈਦਾ ਕਰੋ ਅਮਰ ਛਕੂੰਗਾ ਕਹਿ ਦਿਓ ਵਾਹਿਗੁਰੂ ਅਮਰ ਛਕ ਕੇ ਰਾਤ ਰੱਖੂੰਗਾ ਕਹਿ ਦਿਓ ਵਾਹਿਗੁਰੂ ਅਮਰ ਤਵੇਲੇ ਉੱਠੂੰਗਾ ਕਹਿ ਦਿਓ ਵਾਹਿਗੁਰੂ ਮਾਂ ਕਰਮ ਨੇਤਰੂ ਕਰੂੰਗਾ ਕਹਿ ਦਿਓ ਵਾਹਿਗੁਰੂ ਬਾਣੀ ਪੜੂੰਗਾ ਕਹਿ ਦਿਓ ਵਾਹਿਗੁਰੂ ਸ਼ਰਾਬ ਛੱਡੂੰਗਾ ਕਹਿ ਦਿਓ ਵਾਹਿਗੁਰੂ ਇਹ ਜਜ਼ਬਾਤ ਚੁੰਦੇ ਨੇ ਤੇ ਜੇ ਅਮਰ ਤਵੇਲੇ ਨਹੀਂ ਜਾਗਿਆ ਜਾਂਦਾ ਜਜ਼ਬਾਤ ਮੁੱਕਦਾ ਕਹਿ ਦਿਓ ਵਾਹਿਗੁਰੂ क्योंकि ਖਾਲਸਾ ਜੀ ਜੇ ਬੱਕਰਿਆਂ ਦੇ ਸਿਰ
अपनी जिंदगी च नशा बकरियां दा सच्चे कहंदा उस कदवाई नूं की कूणा मिल के कम करदी नागा दे पर्दे च कीता तलवार दा वार माफ करना इक खड़का खड़ाक होए बाहर बैठी संगत ने राज कीता महसूस कीता माफ करना कि भाई दया राम का शीश जिवे धरती दबा कर दिता होवे रक्त भिजी लहू भरी तलवार लैके दूजी वारी स्टेज ते आए माफ करना आख्या गुरु नानक की संगत एक सर हो चाहिए माफ करना मसंत मसीड़े मसंत बड़े चलाक सन जे बकरे ते लटकाए होंदे ना एक बारी कह दिओ वाहेगुरु जे बकरे ते लटकाए होंदा ते संगत पंडाल दे विच कदे उठ के चाले ना पाउंदी तुहाडा की ख्याल है उत्थे सारे अखां तों अन्ने बैठे सन उस पंडाल च सारे कन्नां तों गोले बैठे सन जब तू रात भरी रात में निकली तलवार लेके आए ने मेरे वर्गे कड़ा खाने में सत उठ के चाले पौड़े चुन कर दूसरे काम कर कणकी भाती जनानी उम्र सी 33 साल ते कुछ दिनों की शरीरिक उम्र सी गुरु साहब की मसंद लगे कहन गुरु नु पता नहीं की हो गया एने दिनी सतगुरु गुरु कणकी धर पातशाह जी ने चंडी की बाणी उच्चारण की चंडी की मार की बाणी मसंद पसीने जाके माता गुजरी जी कहते हैं माता जी तुझे तो कहता थी कि मेरा पुत कह तू भत कल की तुझे तो कहते थी जानू तुम राज के जड़ा पट के उखेड़ के सड़ बन के माता कल के धर में जानू तुम राज के जड़ा तक की पटनी है अपने सिख बच पढ़ना ही शुरू कर दिते ने एक सिख नू सब फड़ के पंडाल च पिछे तंबू च लै जांदे ने सिर कट के आते दूजे सिर की मंग करते साडे अखी वेखते वेखते दो सिख धड़काते ने तीजे सिख की सिख ने सिर की मंग की है आखिया माता जाके अपने पुत्र गोबिंद राय को समझाओ माता ने आख्या मसंद मशीनी गुरु घर का धन खा के तुहाडी मत मारी गई तुहाडी बहुत भ्रष्ट हो गई आख्या तुझे गुरु साहब के चौजा समझ नहीं सकते चौधरी मेरे पविंदा चौधरी मेरे प्यार हर पर मेरा चौधरी जी हो खालसा जी दूजे सर की थर मंग की है दूजे सर की मंग कर समय दिल्ली के रहने वाले चट्टा के घराने का संबंध रखने वाले भाई धर्मचंद इस प्रेम की खैर मुखे वास्ते अगे वधे खालसा जी कल पशु पा के बेनती की खालसा जी मेरा जन्म देखे जिथे दया आ गई थी उत्थे धर्म ने आना ही आना सी
धर्म उथे आना जिते हिम्मत आनी अमृत वे जग की हिम्मत करनी पैंती नहीं तो मन बड़ी घटता घटता सौ जा थोड़ा जि समा कोई नी दुनिया सुती पी तू बहुत हिसाब किताब देने अमृत वे जागन की हिम्मत करनी पैंदी वाहेगुरु नित नित करने हिम्मत करनी पैंदी बाणी पढ़नी हिम्मत करनी पैंदी गुरु का हिम्मत करनी पैंदी धर्म की जूझन की भी हिम्मत करनी जिथे दया आ गई सी उथे धर्म आना क्योंकि दया धर्म की मां पर धर्म उथे आना सी जिथे हिम्मत आनी सी माफ करना जगन्नाथपुरी के रहने वाले बल्ले 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 भाई सब भाई हिम्मत लाए जी उन्होंने घराने संबंध रखने वाले हो गुरु की संगत गल पन्नू पा के बेनती की तीजी बारी कह दते बादशाह मेरा भी सिर एडा वड्डा जिगरा एडी वड्डी हिम्मत गुरु के संत पातशाह ने पूछा प्रेमी तेरा नाम आख्या महाराज मेरा नाम भाई हिम्मत राय मेरा झूरा घराने का जन्म जगन्नाथपुरी के रहने वाला आख्या धर्म जिंदा सच मुच धर्म को कायम रखने वास्ते हिम्मत करनी पैती कितने कई हिम्मत सदी कह दो हिम्मत सन हिम्मत सी मावा ने बच्चों के टुकड़े करवा के गलम जा हिम्मत सी सच्चा खड़िया से चढ़ गया हिम्मत से सिखा दे बंद बंद कटे गए हिम्मत से सिख सब तू बड़ा लड़ते रहे अज हिम्मत नहीं रही तो सिख अमृत छकन तैयार सिख अज विसाखी का दिहाड़ा इनकलाबी त्यौहार है इनकलाबी त्यौहार है खालसा जी इस दिन गुरु गोबिंद सिंह महाराज एक इनकलाब पैदा किया माफ करना गुरु की संगत हिम्मत खुश किया हिम्मत से हिम्मत राज तू खुश किया माफ करना अवतारा दे पुत्तां नू जन्म लैके अमर छकना पिया तां मेरा पात मां करना गुरमुख प्यारे भाई धर्मचंद जिन्हां दी बाणी गुरु ग्रंथ साहिब दी बाणी दी दर्ज है भाई धर्मचंद भगत धन्ना जी के अवतार एवं नहीं गल बनी जाके खालसा जी चौ जुगा का हुण लवेड़ा नर मनुखा नूं एक निधाना खालसा जी गुरमुख प्यारे भाई हिम्मत राय गुरु की संगत ध्यान देना पवेगा गुरु की संगत गुरमुख प्यारे प्यारे भाई हिम्मत राय गुरु की संगत एक चतुर्भुजी मन करना एक शिकारी सी चतुर्भुजी का शिकार करने वाले शिकारी का माफ कर अवतार सन कद समा बनिया विचार करा गुरमुख प्यारे भाई मोहकम चंद यह भगत नामदेव का अवतार सन खालसा जी कह रहे वाहेगुरु जिन्हों की बाणी गुरु ग्रंथ साहिब बाणी भी दर्ज हो उन्होंने जन्म लैके सिर दे के अमृत छकना पाया जा के मेरा फर्ज है असं तो मुक्ति आ ना सौ धार के बाईपास से बनाई दी गुरमुख प्यारे भाई साहब चंद कदे ब्रह्म ज्ञानी संत बाबा गुरबचन सिंह दम दम टकसाल के मुखी संत बाबा गुरबचन सिंह जी का पाठ मर्यादा वाला पाठ दर्ज ग्रंथ पढ़ के देखो फिर पता लगता खालसा जी माफ करना गुरमुख प्यारे भाई साहब चंद जो अमर छक के साहब सिंह बने ये खालसा जी भगत सैन नाई का अवतार बल्ले बल्ले एडिया एडिया कमाइया पाड़े गुरु की संगत ने जदों चौथे सिर की मंग की द्वारकापुरी के रहने वाले भाई मुकम चंद बहुत ही द्वार तोड़ के अगे पड़े खालसा जी पंजे सिर की मंग की भाई साहब चंद की साहब चंद बल्ले 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 कितों बिदर के रहने वाले बल्ले बल्ले गुरु साहब के चरणों में हाजिर होकर बेनती की महाराज मेरा भी सिर पंजां प्यारियां दे सीस धर तों जुदा कीते लाइक सरसा दरिया का पानी माफ करना सिर जुदा कर तो बाद भूत भविख ते वर्त मान दे ज्ञाता सतगुरु गुरु करके पातशाह जी ने अपनी रूहानी शक्ति के जरिए खालसा जी पंजां प्यारियां नूं सराहिया लाइक सरसा दरिया का पानी पढ़ के जपजी जाप सवैये चुपई उन्हों दसौ सी पाणी
खालसा की अमृता पाटा तैयार किया ते खालसा की विसाखी के दिहाड़े वाले दिन खालसा पंथ की नींह रखी नींह रखी खालसा को जन्म दिता जन्म खालसा जी वह अमृत सरनल मंजन अमृत खोज दे अमृत गुरते पाया पाया अमृत गुर कृपा की सच्चा मन छाया मेरी ते गुरु प्यारे बेनती है मताबो मताबो भैनों बजुर्गो और नौजवान वीरों मावा धीरों प्यो पुत्रां भरा भरावान मावा बच्चों समझाओ जाके खालसा जी माफ करना गुरु की संगत माफ करना खालसा जी ये गल जरूर समझायो काका अज तेरा विसाखी का दिहाड़ा बेटा ये शराब पीन का दिहाड़ा नहीं बेटा अज दे दिन बाजा वाले ने खालसा पंथ की नींह रखी सी पुत्र अज दे दिन गुरु गोबिंद सिंह महाराज ने अमृत की दात बख्शी सी ते बेटा अज दे दिन तू गलती ना करनी क्योंकि अज का दिन बड़ा पवित्र अज दे दिन की कीती गलती माफ नहीं होनी गल बेनती करना सारे वीर सारे बजुर्ग सारिया भैन से मतावान यह जटा की विसाखी नहीं खालसा की दुनिया के लोग अपने पैगंबर के अपने पीर के अपने अवतार के मरण दिन मनाते हैं माफ करना पर जो तक दुनिया रहेगी खालसे का हमेशा जन्मदिन ही मनाया जाता है कदे खालसे का मरण दिन नहीं मनाया जाएगा विसाखी का दिहाड़ा खालसे का जन्म दिहाड़ा प्रकाश दिवस है इस दिन गुरु साहब ने खालसे को पैदा किया गुरबान परसों यानी 7 तरीक तो खालसा जी है जो प्रोग्राम हम गुरु घर सलोह विखे सात तरीक तो लैके 11 तरीक तक का समा उत्ता हुआ है खालसा जी आप सारिया संस्था वह तो वह समा गुरु चरणों में लाओ गुरु नाल जुड़ो गुरु की गल करो गुरु के राह चलो हम समा आग्ञा नहीं दिता इन शब्द गुरबान
Thank you.
माफी बख्शोगे। खालसा जी 6 तरीक की रात को इतने फिर अखीरला इस खालसा जी टूर का प्रोग्राम होगा। मेरे कोई शब्द नहीं, मैं जिन्हें शब्दों के नाल संगतां दा उन्हां वीरां दा उन्हां मतामां दा उन्हां भैणां दा मुकदी गल की सारी सात संगत का धन्यवाद कर सकना जिन्होंने इस काम के गुरु किशन इन्ना सहयोग दिता। मेरे कोई शब्द नहीं, मैं प्रधान साहब का सैकटरी गुरु कमेटी प्रेजेंट समय की कमेटी जेडे कमेटी मैंबर पहला नाल खड़े से उन्हां सज्जनां दा दास धन्यवाद कर सके। मेरे कोई शब्द नहीं, पर खालसा जी मैं देखिया संगत के चेहरिया पढ़िया संगत के मन पढ़ने की कोशिश की, भावें पैसा देना सौखा सी पर मैनू पता कि प्रधान साहब जानते हैं कि किन्नी फ्रिक्शन के कम चलता रहा। गुरु की संगत पर गुरु तो साढ़े कम करता, गुरु का अपना कम किमें रुक सकता, जिसका कार्य तिन ही किया मानस क्या बेचारा राम। खालसा जी समा जिंदगी का किसी भागम वाले का ही जिंदगी का चंग समा चंगे पासे लगता। गुरु घर ग्रेव एजेंट बन रहा, बर्मी गांव गुरुद्वारा बन रहा सी, उत्थे संतां ने आख्या मैं भाई इतने छड़ जाने की फर्क पैंदा। वाह सतगुरु घर वाले लगे कहण पै गया अगली बारी छड़ते चढ़ जाएंगे। हुण ग्रेव एजेंट वाले लगे कहण पिछली बारी बाबा जी इतने साढ़े भी कुछ सेवा कर जो अभी क्या भी इस वारी पार्किंग वाले का नंबर मैं कह रहा थोड़े छड़ जाएंगे। अभी तो जिंदगी एक गल देखी है, पर खालसा जी जिन्ना छड़ीदा उन्ना वधदा तुरिया जांदा। पता नहीं गुरु किधरों दे जांदा, माया का दरवाजे भन भन के कमरिया च वड़न की कोशिश करती है। जिहड़ियां संगतां पिवे गईयां ने जां खब्बे सज्जे देखिया सत्संग जी पता नहीं जे इकट्ठी करनी होंदी किन्ने बैंकी काले कर दिंदे दुनिया के। जब दरिया का थोड़ा पानी होंदा ना, थोड़ा पानी ज्यादा पानी वड़दा बंदा विच नहीं वड़दा, कदे डुब के मर जांदा। अजी ज्यादा माया ना जे गुरु घर ना लगे रोड़ के लै जाती, जिम्मे पानी असं पिंडा के रहने वाले लोग पिंडा सूए नहर मगदियां और सूए नहर जरा पानी होंगे ना, सूए का पानी थोड़ा होंगे, बंदा आप ना लेंदा पशुओं पानी खा लेंदा कपड़े धो लेंदा। इस तरह जी माया भी चलती चंगी लगती है। पाल पुकार से लग जाए दाता तू ना करें तो करे केड़ा, मेरिया सब जरूरत पूरी लोग तकते ने ऐप गुना मेरे, मैं तो तकदा रहता तेरिया, तेरी सूरत लगती है सूरत। साढ़े मणि सिंह होरी साढ़े जच्चे वाले कोई भी गल नहीं है, खालसा जी नाल रहिंदे ने। मैनू इन्हों का अक्सर एक सवाल होंदा, बाबा जी पैसा तुसीं स्टेजां ते छड आउंदे हो, बाबा जी साढ़े आख गुरु घर के कम किदां चलदे? मैं कहा तां सानूं नहीं पता किदां चलदे ने, तां चलाउण वाले नूं पता, इह तां वह वी जाणदा वी किदां चलदे ने। कई वारी बड़े हिसाब करदे रहिंदे ने भी ये कम हो की गया, मैं कहा तां साडी समझ तों परे भी की हो रहा है। तेरी सूरत रब दी है सूरत, गुरु ग्रंथ साहब तेरी सूरत रब दी है सूरत, असा रब नूं तक के की लैणा है? ये कदा नहीं सजना राज दी असा जग नूं दस के की लैणा, एवें नहीं चढ़दी कला हुंदी। इंडिया फोन करके वेखो जे रात दे 1 बज के 15 मिंट ते पेवे, फोन करके देखो जे कितें 222-0697 ते फोन करके वेखो ते पुछो जी सिंह साहब भाई जसवीर सिंह होरां नाल गल करनी है, पुछ के देखो अज गुरु ग्रंथ साहब का हुक्मनामा कहड़ा है। रात 1 बजे तो 1:15 के 15 तक गुरु ग्रंथ साहब के प्रकाश हो जाते हैं। जेडे रुमाले गुरु ग्रंथ साहब नूं अज दित्ते गए वो कल नूं नहीं देने, जिहड़ियां चादरां दी विछाई गुरु ग्रंथ साहब के थले अज कर दित्ती वो कल नूं नहीं करनी। कितने कितने छापा मारी था, एक दिन 13 सिंह पुटे थे रात को पढ़ के रात 1:30 बजे। सिर्फ इसे गल पुछ भी गुरु ग्रंथ साहब चादर कुछ मैलियां ने, अपने कपड़े किन्ने धो के प्रेस करके पाने, चढ़ती कला कि नहीं होंगी। खालसा जी माफ करना किसी कसूलों के नाल होंगी है, पर भागा वाले 5 सिंह रात को गुरु ग्रंथ साहब का प्रकाश करते हैं। 5 सिंह एवं नहीं गल बन दी, जेडे लंगर सेवा करते हैं वह गुरु ग्रंथ साहब का प्रकाश नहीं कर सकते, क्योंकि भांडे मांजन लगे कई बार सुआह नहुआ के फस जाती। जेडे खेती पत्ते की सेवा करते हैं
ਜਾਂ ਜਿਹੜੇ ਮੱਝਾਂ ਗੂਆਂ ਨੂੰ ਪੱਠੇ ਪਾਉਂਦੇ ਨੇ ਖਾਲਸਾ ਜੀ ਉਹ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਸਕਦੇ ਵਾਰਦੀ ਜੁੜੀ ਚ ਨਹੀਂ ਜਾ ਸਕਦੇ ਜਿਹੜੇ ਸਿੰਘਾਂ ਦੀ ਡਿਊਟੀ ਗੁਰੂ ਗ੍ਰੰਥ ਸਾਹਿਬ ਦੀ ਦਾ ਪ੍ਰਕਾਸ਼ ਕਰਨ ਦੀ ਹੈ ਉਹਨਾਂ ਲੰਗਰਾਂ ਸੇਵਾ ਕਰ ਸਕਦੇ ਨੇ ਤੇ ਨਾ ਮੱਝਾਂ ਗੂਆਂ ਵਾਲੇ ਪਾਸੇ ਜਾ ਸਕਦੇ ਨੇ ਖਾਲਸਾ ਦੀ ਇੱਕ ਗੱਲ ਨਾ ਭੁੱਲਣਾ ਜਿਹਨਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੋਗੇ ਉਹਨਾਂ ਦੁਨੀਆਂ ਤੁਹਾਡਾ ਸਤਿਕਾਰ ਕਰੂਗੀ ਪਰ ਇੱਕ ਗੱਲ ਹੋਰ ਨਾ ਭੁੱਲਣਾ ਜਿੰਨੀ ਤੁਹਾਡੀ ਚੜ੍ਹਦੀ ਕਲਾ ਦੁਨੀਆਂ ਵਡਿਆਈ ਕਰੂਗੀ ਉਹ ਤੁਹਾਡੀ ਢੇਡੀ ਕਲਾ ਦੀ ਨਿਸ਼ਾਨੀ ਹੈ ਜਿੰਨੀ ਦੁਨੀਆਂ ਤੁਹਾਡੀ ਨਿੰਦਾ ਕਰੂਗੀ ਉਨੀ ਤੁਹਾਡੀ ਚੜ੍ਹਦੀ ਕਲਾ ਦੀ ਨਿਸ਼ਾਨੀ ਮਹਾਰਾਜ ਜਿਉਂ ਜਿਉਂ ਨਿੰਦਕ ਨਿੰਦ ਕਰੇ ਤਿਉਂ ਤੋਂ ਜਿਵੇਂ ਜਿਵੇਂ ਨਿੰਦਾ ਹੁੰਦੀ ਹੈ ਤਿਉਂ ਤਮ ਹਰ ਜਨ ਚੜ੍ਹੇ ਸਵਾਈ ਨਿੰਦਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਖਾਲਸਾ ਜੀ ਮਾਫ਼ ਕਰਨਾ ਪਾਕਮ ਵਾਲਿਓ ਮੈਂ ਤੁਹਾਨੂੰ ਸਾਰੀ ਸੰਗਤ ਨੂੰ ਇੱਕ ਬੇਨਤੀ ਕਰਾਂ ਸਾਧ ਸੰਗਤ ਜੀ ਤੁਸੀਂ ਸਭ ਕੁਝ ਭੁੱਲ ਜਾਣਾ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਾ ਮੈਂ ਵੇਖਿਆ ਕਈਆਂ ਘਰਾਂ ਵਿੱਚ ਜਾ ਕੇ ਮਾਫ਼ ਕਰਨਾ ਉਹ ਭਾਗਾਂ ਵਾਲਿਓ ਕਈਆਂ ਘਰਾਂ ਵਿੱਚ ਵੇਖਿਆ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤੇ ਨੇ ਆਪ ਆਪਾਂ ਮੰਜਿਆ ਤੇ ਗੁਰੂ ਗ੍ਰੰਥ ਸਾਹਿਬ ਖਾਲਸਾ ਜੀ ਪੁੱਜੇ ਪ੍ਰਕਾਸ਼ ਕੀਤੇ ਮੈਂ ਸਿੱਖਿਆ ਤੇ ਮੈਂ ਬੇਨਤੀ ਕਰਦਾ ਕਿ ਜੇਕਰ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਹੈ ਨਾ ਤੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦਾ ਵੀ ਫਿਰ ਪੂਰਾ ਖਿਆਲ ਰੱਖੋ ਭਾਗਾਂ ਵਾਲਿਓ ਸਤਿਕਾਰ ਦੀ ਤੇ ਫਿਰ ਪਿਆਰ ਨਹੀਂ ਕਰ ਰੱਖਿਆ ਕਿਸੇ ਸੱਜਣ ਦਾ ਸਤਿਕਾਰ ਆਪਾਂ ਤਾਂ ਕਰਦੇ ਹਾਂ ਪਹਿਲਾਂ ਉਹਦੇ ਨਾਲ ਪਿਆਰ ਹੁੰਦਾ ਕਹਿ ਦਿਓ ਪਹਿਲਾਂ ਉਹਦੇ ਨਾਲ ਪਿਆਰ ਹੁੰਦਾ ਜਿਹਦਾ ਜਿੱਥੇ ਪਿਆਰ ਹੋਵੇ ਉਹਦਾ ਸਤਿਕਾਰ ਜ਼ਰੂਰ ਕਰੀਦਾ ਜੇ ਸਤਿਕਾਰ ਨਹੀਂ ਤੇ ਫਿਰ ਪਿਆਰ ਵੀ ਕਰਨਾ ਕਹਿ ਦਿਓ ਜੇ ਸਤਿਕਾਰ ਨਹੀਂ ਤੇ ਫਿਰ ਪਿਆਰ ਵੀ ਕਰਦਾ ਚੁਣਨਾ ਜੋ ਮਰਜ਼ੀ ਮੰਨ ਲਓ ਜੋ ਮਰਜ਼ੀ ਮੰਨ ਲਓ ਮਹਾਰਾਜ ਨੂੰ ਪ੍ਰਕਾਸ਼ ਹੁੰਦੇ ਨਾ ਪ੍ਰਕਾਸ਼ ਉੱਠ ਚੁੱਕਦੇ ਨੇ ਕਹਿ ਦਿਓ ਵੈਸੇ ਤਾਂ ਗੁਰੂ ਹਰ ਸਮੇਂ ਸਿੱਖ ਦੀ ਸੁਣਦਾ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਰੂਪ ਚ ਆਉਂਦੇ ਨੇ ਨਾ ਉਦੋਂ ਸੰਗਤਾਂ ਤੇ ਬਖਸ਼ਿਸ਼ਾਂ ਕਰਨ ਵਾਸਤੇ ਆਉਂਦੇ ਨੇ ਜੋ ਮਰਜ਼ੀ ਮੰਗ ਲਓ ਜੋ ਮੰਗਾ ਠਾਕਰੇ ਆਪਣੇ ਤੇ ਸੋਈ ਸੋਈ ਵੇਲਾ ਹੁਣ ਅਰਦਾਸ ਹੋਵੇਗੀ ਸਮਾਂ ਕੁਝ ਜ਼ਿਆਦਾ ਲੱਗ ਗਿਆ ਅਸੀਂ ਵੀ ਕੀ ਕਰੀਏ ਸਮਾਂ ਹੀ ਤਾਂ ਸਾਡਾ ਇਹੀ ਹੈ ਜਿਹਦਾ ਸਮਾਂ ਗੁਰੂ ਚਰਨਾਂ ਵਿੱਚ ਲੱਗ ਗਿਆ ਉਹਦਾ ਦਰਗਾਹ ਵਿੱਚ ਡੰਕਾ ਵੱਜ ਗਿਆ ਖਾਲਸਾ ਜੀ ਚੱਲਿਆ ਪਖਸ਼ ਜਨਮ ਸਮਾਰ ਵਾਜਾ ਸਾਰੇ ਪ੍ਰਧਾਨ ਸੈਕਟਰੀ ਜੇ ਕਮੇਟੀ ਦਾ ਸਹਿਯੋਗ ਰਿਹਾ ਸੰਗਤ ਦੀ ਲਈ ਬਖਸ਼ਿਸ਼ ਤੇ ਗੁਰੂ ਗ੍ਰੰਥ ਸਾਹਿਬ ਦੀ ਲਈ ਕਿਰਪਾ ਇਸ ਇੰਗਲੈਂਡ ਦੀ ਧਰਤੀ ਤੇ ਸਕੂਲ ਵੀ ਜ਼ਰੂਰ ਗਲਤੀਆਂ ਜੇ ਕੋਈ ਕਰਨੀਆਂ ਤਿੰਨ ਕਿਉਂਕਿ ਅਸੀਂ ਭੁੱਲਣ ਅੰਦਰ ਭੁੱਲਣੇ ਅੰਦਰ ਸਭ ਕੁ ਭੁੱਲ ਗੁਰੂ ਕਰਤਾਰ ਗੁਰੂ ਪਰਮੇਸ਼ਰ ਨੇ ਪੋਤਾ ਆਪਾਂ ਤਾਂ ਭੁੱਲਣ ਅੰਦਰ ਹੀ ਆ ਗੁਰੂ ਕਰੇ ਕਿਰਪਾ ਕਹਿੰਦੀ ਬੱਚੇ ਨੂੰ ਆਉਂਦਾ ਕੱਖ ਨੀ ਬੱਚਾ ਸਕੂਲ ਜਾਣਾ ਨੀ ਬੰਦ ਕਰਦਾ ਕਹਿ ਦੇ ਬੱਚਾ ਸਕੂਲ ਜਾਣਾ ਨੀ ਬੰਦ ਕਰਦਾ ਪਰ ਉਹਨੂੰ ਆਉਂਦਾ ਕੁਝ ਨੀ ਮਾਫ਼ ਕਰਨਾ ਮਾਸਟਰ ਬੜੀ ਸਿਰਦਰਦੀ ਕਰਦਾ ਟੀਚਰ ਪਰ ਜਦੋਂ ਟਾਈਮ ਆਉਂਦਾ ਨਾ ਮਾਸਟਰ ਦੇ ਅੰਦਰ ਵੀ ਨੰਬਰ ਥੋੜੇ ਮਾਸਟਰ ਕਹਿੰਦਾ ਅਗਰ ਕਾਰਡ ਦੇਖੋ ਜੇ ਮਾਸਟਰ ਕਾਰਡ ਦੇਖਦਾ ਮਾਸਟਰ ਕਹਿੰਦਾ ਵੀ ਤਾਂ ਰੋਜ਼ ਹੀ ਆਉਂਦਾ ਸੀਗਾ ਫਿਰ ਮਾਸਟਰ ਰਹਿਤੀ ਪਾਸ ਕਰ ਦਿੰਦਾ ਕਿਉਂਕਿ ਰਿਕਾਰਡ ਚੱਲਦਾ ਆਪਣਾ ਰਿਕਾਰਡ ਗੰਦਾ ਨਾ ਕਰੋ ਰੋਜ਼ ਗੁਰੂ ਕਰਾਇਆ ਕਰੋ ਗੁਰੂ ਰਹਿਤੀ ਪਾਸ ਕਰੋ